ਪਿਆਰੇ ਦੋਸਤੋ ਆਪਾਂ ਕਾਵ ਸਿਧਾਂਤ ਬਾਰੇ ਇੱਕ ਲੜੀ ਸ਼ੁਰੂ ਕਰੀ ਹੋਈ ਆ ਤੇ ਅੱਜ ਦੀ ਲੜੀ ਵਿੱਚ ਆਪਾਂ ਗੱਲ ਕਰਨੀ ਹੈਗੀ ਆ ਪ੍ਰੋਫੈਸਰ ਪੂਰਨ ਸਿੰਘ ਦੇ ਕਾਵ ਸਿਧਾਂਤ ਬਾਰੇ ਤੇ ਇਸ ਲਈ ਆਪਾਂ ਆਧਾਰ ਬਣਾ ਰਹੇ ਆ ਉਹਨਾਂ ਦੇ ਦੋ ਲੇਖ ਇੱਕ ਲੇਖ ਹੈ ਜਿਹੜਾ ਕਵਤਾ ਤੇ ਇੱਕ ਕਵੀ ਦਾ ਜਿਹੜਾ ਦਿਲ ਅਸਲ ਦੇ ਵਿੱਚ ਖੁੱਲੇ ਲੇਖ ਵਿੱਚ ਇਹ ਦੋਨੇ ਲੇਖ ਦਰਜ ਨੇ ਇਸ ਲੇਖ ਦੇ ਵਿੱਚ ਕਵੀ ਆ ਜਿਹੜਾ ਉਹ ਕਵਤਾ ਨੂੰ ਕੀ ਸਮਝਦਾ ਹੈ ਉਹ ਦਰਜ ਕੀਤਾ ਹੋਇਆ ਆ ਆਪਾਂ ਗੱਲ ਕਰਨੀ ਆ ਕਿ ਪੂਰਨ ਸਿੰਘ ਕਵਤਾ ਨੂੰ ਕੀ ਸਮਝਦਾ ਹੈ ਪੂਰਨ ਸਿੰਘ ਅਸੀਂ ਸਾਰੇ ਜਾਣਦੇ ਆ ਕਿ ਕਲਵੇਲਾ ਕਵੀ ਸੀ ਇਹ ਵੀ ਜਾਣਦੇ ਆ ਕਿ ਪੂਰਨ ਸਿੰਘ ਦਾ ਸਮਾਂ ਜਿਹੜਾ ਉਹ 1881 ਤੋਂ ਲੈ ਕੇ 1931 ਤੱਕ ਆ ਇਸ ਸਮੇਂ ਦੌਰਾਨ ਉਹਨਾਂ ਨੇ ਕਵਤਾ ਵੀ ਲਿਖੀ ਉਹਨਾਂ ਨੇ ਲੇਖ ਵੀ ਲਿਖੇ ਇਸ ਸਮੇਂ ਦੌਰਾਨ ਹੀ ਉਹਨਾਂ ਨੇ ਬਹੁਤ ਸਾਰੀਆਂ ਨੌਕਰੀਆਂ ਵੀ ਕੀਤੀਆਂ ਪਰ ਸਾਡਾ ਸਬੰਧ ਆ ਜਿਹੜਾ ਕਿ ਕਵਤਾ ਦੇ ਬਾਰੇ ਉਹ ਕਵਤਾ ਨੂੰ ਪ੍ਰਭਾਸ਼ਿਤ ਕਿਵੇਂ ਕਰਦੇ ਆ ਉਹ ਕਵਤਾ ਦੇ ਬਾਰੇ ਕਿਵੇਂ ਸੋਚਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਬਹੁਤ ਹੀ ਇੱਕ ਪ੍ਰਸਿੱਧ ਬਚਨ ਨੇ ਉਹ ਇਹਨਾਂ ਲੇਖਾਂ ਵਿੱਚ ਹੀ ਦਰਜ ਆ ਕਿ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਹੀ ਆ ਜਿਹੜੇ ਉਹ ਕਵਤਾ ਹੁੰਦੀ ਹੈ ਇਥੇ ਉਹ ਗੱਲ ਆਰੰਭ ਕਰਦੇ ਆ ਤੇ ਥੋੜਾ ਜਿਹਾ ਅੱਗੇ ਜਾ ਕੇ ਉਹ ਕਹਿੰਦੇ ਨੇ ਕਿ ਕਵਤਾ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਉਹ ਕਵਤਾ ਹੁੰਦੀ ਹੈ ਜਿਹੜੇ ਸਾਧ ਬਚਨ ਨੇ ਉਹ ਕਹਿੰਦੇ ਪੂਰਬ ਦੇ ਵਿੱਚ ਜਿਹੜੇ ਸਾਧ ਬਚਨ ਨੇ ਉਹ ਕਵਤਾ ਹੈ ਦੂਸਰਾ ਉਹ ਕਹਿੰਦਾ ਕਿ ਵਾਕ ਆ ਜਿਹੜਾ ਰਚਨਾ ਵੀ ਹੁੰਦੀ ਆ ਉਹਨੂੰ ਵੀ ਕਈ ਲੋਕ ਕਵਤਾ ਸਮਝ ਲੈਂਦੇ ਪਰ ਵਾਕ ਰਚਨਾ ਅਸਲ ਵਿੱਚ ਤਾਂ ਉੱਚ ਅਧਿਆਤਮਿਕ ਮੰਡਲਾਂ ਦੇ ਵਿੱਚ ਸ਼ੁੱਧ ਹਿਰਦੇ ਵਾਲੇ ਭਾਵਾਂ ਵਾਲੇ ਵਿਅਕਤੀ ਦੇ ਸਾਧ ਵਚਨ ਹੀ ਕਵਤਾ ਹੈ। ਤੋਂ ਇੱਕ ਤਰ੍ਹਾਂ ਨਾਲ ਤਾਂ ਇਹ ਕਿ ਜਿਹੜੇ ਪੂਰਨ ਸਿੰਘ ਦਾ ਕਾਵਿ ਸਿਧਾਂਤ ਆ ਉਹ ਕਵਤਾ ਨੂੰ ਨਾ ਤੇ ਕੋਈ ਆਮ ਸਿੱਖੇ ਜਾਣ ਵਾਲਾ ਹੁਨਰ ਮੰਨਦਾ ਨਾ ਹੀ ਇਸ ਨੂੰ ਕੋਈ ਉਹ ਦੁਨਿਆਵੀ ਚੀਜ਼ ਮੰਨਦਾ। ਉਸ ਦੀ ਸਮਝ ਅਨਸਾਰ ਤਾਂ ਜਿਹੜਾ ਕਵਤ ਹੈ ਇਹ दैਵੀ ਅਵੇਸ਼ ਕਵਤ ਜਿਹੜੀ ਉਹ ਅਧਿਆਤਮਕ ਮੰਡਲਾਂ ਦੀ ਚੀਜ਼ ਆ ਕਵਤ ਜਿਹੜੀ ਉਹ ਜਿਸ ਕਿਸੇ ਨੂੰ ਅਵੇਸ਼ ਆਵੇ ਉਹਦਾ ਹਿਰਦਾ ਸ਼ੁੱਧ ਹੋਵੇ ਤਾਂ ਉਸ ਵਿੱਚ ਅਵੇਸ਼ ਹੋਵੇ ਤਾਂ ਉਸ ਨਾਲ ਜਿਹੜਾ ਹੈਗਾ ਕਾਵ ਰਚਨਾ ਹੁੰਦੀ ਆ ਇੱਕ ਤਰ੍ਹਾਂ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਹਿਤ ਬਾਰੇ ਜਾਂ ਕਵਤਾ ਦੀ ਰਚਨਾ ਪ੍ਰਕਿਰਿਆ ਬਾਰੇ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਨੇ ਇੱਕ ਵਿਚਾਰ ਨੇ ਕਿ ਜਿਨ੍ਹਾਂ ਨੂੰ ਅਸੀਂ ਵਿਗਿਆਨਕ ਪਦਾਰਥਕ ਜਾਂ ਜਿਹਨੂੰ ਕਹਿ ਸਕਦੇ ਆਂ ਕਿ ਸਮਾਜਿਕ ਯਥਾਰਥ ਵਾਲੇ ਆ ਵਿਚਾਰ ਨੇ ਦੂਸਰੇ ਜਿਹੜੇ ਵਿਚਾਰ ਨੇ ਉਹ ਇਹ ਅਧਿਆਤਮਕ ਰਹੱਸਵਾਦੀ ਵਿਚਾਰ ਨੇ ਜਿਹੜੇ ਕਵਤਾ ਨੂੰ ਹੋਰ ਵਸਤਾਂ ਵਾਂਗ ਹੀ ਕਿ ਜਿਵੇਂ ਸੰਸਾਰ ਦੀ ਸਿਰਜਣਾ ਰੱਬ ਨੇ ਕੀਤੀ ਇਸ ਤਰ੍ਹਾਂ ਕਵਤਾ ਦੀ ਸਿਰਜਣਾ ਵੀ ਜਿਹੜਾ ਰੱਬ ਹੀ ਕਰਦਾ ਹੈ ਕਵੀ ਦੇ ਰਾਹੀ ਕਰਦਾ ਹੈ ਇਸ ਕਿਸਮ ਦੀ ਜਿਹੜੀ ਵਿਚਾਰਧਾਰਾ ਉਹ ਪੂਰਨ ਸਿੰਘ ਦੀ ਵਿਚਾਰਧਾਰਾ ਉਹ ਕਹਿੰਦਾ ਕਿ ਜਿਹੜਾ ਕਾਵ ਹਿਰਦਾ ਹੁੰਦਾ ਨਾ ਜਿਹੜਾ ਕਾਵ ਦਿਲ ਹੁੰਦਾ ਉਹਦੇ ਵਿੱਚ ਜੋ ਕੁਝ ਵੀ ਪ੍ਰਭਾਵ ਪੈਂਦਾ ਉਹਦੇ ਦੋ ਤਿੰਨ ਕੰਮ ਦੱਸਦਾ ਆਪ ਹੀ ਲਿਖਦਾ ਕਿ ਦੋ ਤਿੰਨ ਕੰਮ ਇੱਕ ਤਾਂ ਕੰਮ ਕਹਿੰਦਾ ਹੈ ਕਿ ਜੋ ਕੁਝ ਵੀ ਬਾਹਰੋਂ ਪ੍ਰਾਪਤ ਹੁੰਦਾ ਉਸ ਦੇ ਹਿਰਦੇ ਵਿੱਚ ਉਹ ਉਸ ਨੂੰ ਉਸ ਦਾ ਚਿੱਤਰ ਬਣਾਉਂਦਾ ਪਰ ਅਗਲੇ ਪਾळी ਕਹਿੰਦਾ ਕਿ ਉਹ ਚਿੱਤਰ ਬਣਾਉਂਦਿਆਂ ਕੀ ਕਰਦਾ ਹੈ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਸੋਖ ਲੈਂਦਾ ਤੇ ਜਿਹੜੀਆਂ ਮਾੜੀਆਂ ਚੀਜ਼ਾਂ ਉਹਨਾਂ ਨੂੰ ਛੱਡ ਦਿੰਦਾ ਜਿਹੜੀ ਤੀਜੀ ਗੱਲ ਕਰਦਾ ਕਿ ਇਹ ਜਿਹੜੀ ਪ੍ਰਕਿਰਿਆ ਹੈ ਚੇਤਨ ਹੋ ਕੇ ਸੁਚੇਤ ਹੋ ਕੇ ਨਹੀਂ ਕੀਤੀ ਜਾਂਦੀ ਇਹ ਅਕਿਰਿਆ ਅਕਿਰਿਆ ਆੜਾ ਲਾ ਕੇ ਇਹ ਅਕਿਰਿਆ ਮਨ ਦੀ ਪ੍ਰਦਾਇਸ਼ਾ ਇੱਕ ਤਰ੍ਹਾਂ ਸ਼ਾਇਦ ਉਹਦਾ ਇਸ਼ਾਰਾ ਇਸ ਦੇ ਸਹਿਜ ਹੋਣ ਵਾਲਾ ਕੁਦਰਤੀ ਹੋਣ ਵਾਲਾ ਅਚੇਤ ਹੋਣ ਵਾਲਾ ਪਰ ਜਾਪਦਾ ਇਹ ਆ ਉਹ ਕਵਤਾ ਨੂੰ ਇੱਕ ਵੱਖਰੇ ਕਿਸਮ ਦੀ ਵਿਲੱਖਣ ਪ੍ਰਕਿਰਿਆ ਮੰਨਦਾ ਹੈ ਕਿ ਜਿਹੜਾ ਕਵੀ ਆ ਉਹ ਉਸ ਨੂੰ ਆਪਣੇ ਹਿਰਦੇ ਦੇ ਵਿੱਚੋਂ ਅਤਾਰਦਾ ਹੈ ਨਹੀਂ ਅਗਲੀ ਹੋ ਮਹੱਤਵਪੂਰਨ ਗੱਲ ਕਰਦਾ ਜਿਸ ਗੱਲ ਵੱਲ ਕਿਹਾ ਜਾ ਸਕਦਾ ਹੈ ਕਿ ਇੱਕ ਵੱਡੀ ਚਰਚਾ ਛੇੜੀ ਜਾ ਸਕਦੀ ਆ ਕਿ ਉਸ ਨੂੰ ਪੂਰਬ ਦਾ ਪ੍ਰਾਣਾ ਸੰਸਕ੍ਰਿਤ ਕਵੀ ਕਾਲੀਦਾਸ ਤੇ ਪੱਛਮ ਦਾ ਕਵੀ ਜਿਹੜਾ ਸ਼ੈਕਸਪੀਅਰ ਇਹਨਾਂ ਦੋਹਾਂ ਕਵੀਆਂ ਦੀ ਦੁਨੀਆ ਦੇ ਵਿੱਚ ਬਹੁਤ ਮਾਨਤ ਹੈ ਉਹਨਾਂ ਉਹਨੂੰ ਉਹ ਸਕੂਲੀ ਪੜਦੇ ਬੱਚੇ ਦਿਖਾਈ ਦਿੰਦੇ ਆ ਉਹ ਸਕੂਲੀ ਪੜਦੇ ਬੱਚੇ ਉਹਨੂੰ ਲੱਗਦੇ ਆ ਉਹਨੂੰ ਲੱਗਦਾ ਹੈ ਕਿ ਇਹਨਾਂ ਦੀਆਂ ਜਣੀਆਂ ਰਚਨਾਵਾਂ ਨੇ ਉਹ ਸਹਿਜ ਸੁਭਾਅ ਜੋ ਕੁਝ ਬਾਹਰ ਵਾਪਰਦਾ ਉਸ ਦਾ ਚਿੱਤ ਮਨ ਤੇ ਪਿਆ ਪ੍ਰਭਾਵ ਹੀ ਹੈ ਇਹਨਾਂ ਦੀ ਕਵਤਾ ਉਹ ਕਹਿੰਦਾ ਕਿ ਜਿਹੜੀ ਕਵਤਾ ਹੈਗੀ ਆ ਉਸ ਦੇ ਘਰ ਬਹੁਤ ਦੂਰ ਨੇ ਜਾਂ ਕਹਿ ਲੋ ਕਿ ਜਿਹੜਾ ਕਵਤਾ ਦੇ ਲਈ ਕਵੀ ਨੂੰ ਜਿਸ ਕਿਸਮ ਦਾ ਰਸਕ ਜਿਸ ਕਿਸਮ ਦੀ ਉਹਦੇ ਤੇ दैਵੀ ਆવેશ ਆਉਣਾ ਚਾਹੀਦਾ ਜੇ ਉਹ ਨਹੀਂ ਆਉਂਦਾ ਤਾਂ ਉਹ ਉਸ ਉੱਚ ਪਾਏ ਦੀ ਕਪਤਾਨੀ ਸਿਰਜ ਸਕਦਾ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਜਿਹੜਾ ਕਵੀ ਆ ਉਹ ਜਿਸ ਭਾਸ਼ਾ ਦਾ ਪ੍ਰਯੋਗ ਕਰਦਾ ਜਿਸ ਤਰ੍ਹਾਂ ਦੇ ਉਹ ਅਲੰਕਾਰ ਸਿਰਜਦਾ ਜਿਸ ਕਿਸਮ ਦੀ ਉਹ ਕਹਿ ਸਕਦੇ ਆ ਕਿ ਸ਼ਬਦਾਵਲੀ ਵਰਤਦਾ ਉਸ ਦੇ ਵਿੱਚੋਂ ਪੂਰਨ ਸਿੰਘ ਦਾ ਜਿਹੜਾ ਕਾਵਿ ਸਿਧਾਂਤ ਆ ਉਹ ਇਹਨੂੰ ਆਮ ਵਿਦਿਆਰਥੀ ਲਈ ਸਮਝਣਾ ਬੜਾ ਔਖਾ ਹੈਗਾ ਉਹਦਾ ਕਾਰਨ ਇਹ ਹੈਗਾ ਕਿ ਜਿਹੜਾ ਕਵੀ ਆ ਸਾਡਾ ਉਹ ਵਾਰਤਕ ਨੂੰ ਵੀ ਕਵਤਾ ਵਾਂਗ ਹੀ ਲਿਖਦਾ ਹੈ ਫਿਰ ਵੀ ਜੇ ਅਸੀਂ ਇਹਨੂੰ ਪਰਿਭਾਸ਼ਾਬੱਧ ਕਰਨਾ ਹੋਵੇ ਤਾਂ ਮੈਂ ਕੁਝ ਜਿਹੜੇ ਨੁਕਤੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹਣਾ ਉਸ ਦੀ ਪੁਸਤਕ ਵਿੱਚੋਂ ਪੂਰਨ ਸਿੰਘ ਅਨੁਸਾਰ ਨਾ ਜਿਹੜੀ ਕਵਤਾ ਹੈ ਉਹ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਸਾਧ ਬਚਨ ਅਕੈ ਸੁਖ ਆਪ ਮਿਹਾਰੀ ਆ ਨੈਣਾ ਵਿੱਚ ਸੁਪਨੇ ਲਟਕਾ ਦੇਣ ਵਾਲੀ ਆ ਸੋਹਣੀ ਦੁਨੀਆ ਰਚਣ ਵਾਲੀ ਆ ਪੱਕਾ ਮਜੀਠੀ ਜੀਵਨ ਰੰਗ ਆ ਜਿਸ ਅੰਦਰ ਸੁਰਤ ਤਰਜਰ ਬਾਗਾ ਉੱਠਦਾ ਹੈ ਇਹੋ ਜੇ ਸ਼ਬਦ ਉਹਨੇ ਵਰਤੇ ਐ ਇਹਨੂੰ ਕਵਤਾਂ ਦੱਸਣ ਲਈ ਪਰ ਜੇ ਅਸੀਂ ਇਹਨਾਂ ਨੂੰ ਤੋੜ ਕੇ ਦੇਖੀਏ ਪਹਿਲੀ ਗੱਲ ਕਹਿੰਦਾ ਹੈ ਕਿ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ। ਉਹ ਤਾਂ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਤੋਂ ਕੀ ਪਾ। ਕੀ ਰੂ ਪਿਆਰ? دنیਵੀ ਵਿਵਸਥਾ ਨੂੰ ਪਿਆਰ, ਔਰਤ ਨੂੰ ਪਿਆਰ, ਆਪਣੀ ਪਤਨੀ ਨੂੰ ਪਿਆਰ, ਮਸ਼ੂਕ ਨੂੰ ਪਿਆਰ, ਪਸੂ ਨੂੰ ਪਿਆਰ, ਪੰਛੀ ਨੂੰ ਪਿਆਰ, ਕਿਸ ਨੂੰ ਪਿਆਰ? ਰੱਬ ਨਾਲ ਪਿਆਰ। ਚਲੋ ਅੱਪੈ ਮੰਨ ਲੈਨੇ ਕਿ ਕਿਸੇ ਵੀ ਕਿਸਮ ਦਾ ਪਿਆਰ ਤੇ ਪਿਆਰ ਵਿੱਚ ਫਿਰ ਜਿਹੜੇ ਮੋਏ, ਮੋਏ ਤੋਂ ਕੀ ਬਾ? ਮੋਇ ਤੋਂ ਭਾਵ ਜੋ ਪੂਰਨ ਸਿੰਘ ਦੱਸਦਾ ਹੈਗਾ ਕਿ ਜਦੋਂ ਬੰਦਾ ਆਪਣੀ ਹੋਂਦ ਆਪਣੀ ਹਸਤੀ ਗਵਾ ਦਿੰਦਾ ਹੈਗਾ ਆਪਣਾ ਆਪ ਗਵਾ ਦਿੰਦਾ ਹੈਗਾ ਉਹ ਮੈਂ ਤੋਂ ਐ ਮੈਂ ਹੋਣ ਦਾ ਸਫ਼ਰ ਜਦੋਂ ਬੰਦਾ ਐ ਮੈਂ ਹੋ ਜਾਂਦਾ ਜਦੋਂ ਆਪਣੇ ਆਪ ਵਿੱਚ ਬੰਦਾ ਛੱਡ ਦਿੰਦਾ ਆਪਣੀ ਮੈਂ ਮੇਰੀ ਛੱਡ ਦਿੰਦਾ ਜਦੋਂ ਤੂੰ ਤੇਰੀ ਸਭ ਵਿੱਚ ਕੁੜ ਜਾਂਦਾ ਤਾਂ ਪਿਆਰ ਵਿੱਚ ਮੋਇ ਬੰਦਿਆਂ ਦੇ ਜਿਹੜੇ ਬਚਨ ਉਹ ਕਵਤਾ ਹੈ ਤਾਂ ਇਹਦੇ ਵਿੱਚੋਂ ਇੱਕ ਗੱਲ ਜ਼ਰੂਰ ਜਾਪਦੀ ਆ ਕਿ ਮੈਂ ਮੇਰੀ ਕਰਨ ਵਾਲੀ ਤੇ ਸਵਾਰਥ ਵਾਲੀ ਕਵਤਾ ਕਵਤਾ ਨਹੀਂ ਹੁੰਦੀ ਸਗੋਂ ਸਗਲ ਜਗਤ ਨਾਲ ਮੋਹ ਕਰਨ ਵਾਲੀ ਪਿਆਰ ਕਰਨ ਵਾਲੀ ਕਵਤਾ ਹੁੰਦੀ ਹੈ ਕੁਝ ਇਸ ਕਿਸਮ ਦੇ ਭਾਵ ਅਰਥ ਉਹਦੀ ਕਵਤਾ ਚੋਂ ਕੱਢੇ ਜਾ ਸਕਦੇ ਆ ਹੁਣ ਅੱਗੇ ਉਹ ਕਹਿੰਦਾ ਸਾਧ ਬਚਨ ਜਿਵੇਂ ਰੰਬ ਦੇ ਵਿੱਚ ਵੀ ਮੈਂ ਆਖਿਆ ਸੀਗਾ ਕਿ ਉਹ ਕਵਤਾ ਨੂੰ ਵੰਡ ਹੀ ਦੋ ਪਾਗਾਂ ਚ ਦਿੰਦਾ ਹੈ ਕਿ ਇੱਕ ਉਹ ਕਵਤਾ ਜਿਹੜੀ ਪਹੁੰਚੇ ਹੋਏ ਲੋਕਾਂ ਦੀ ਦੇਵੀ ਅਵੀਸ਼ ਵਿੱਚ ਕਹੇ ਹੋਏ ਬੋਲ ਨੇ ਜਿਨ੍ਹਾਂ ਦਾ ਮੁੱਲ ਸਦੀਵੀ ਹੈ ਜਿਹੜੀ ਤੁਹਾਨੂੰ ਵਿਸਮਾਦ ਚ ਲੈ ਜਾਂਦੇ ਆ ਦੂਜਾ ਜਿਹੜੀ ਕਿਹਾ ਜਾ ਸਕਦਾ ਹੈ ਕਿ ਆਮ ਗੱਲਾਂ ਨੂੰ ਛੰਦ ਬੰਦ ਕਰ ਦੇਣਾ ਜਾਂ ਆਮ ਭਾਵਾਂ ਨੂੰ ਪ੍ਰਗਟ ਕਰ ਦੇਣਾ ਜਾਂ ਮਨੁੱਖ ਦੇ ਅੰਦਰ ਦੇ ਦੁੱਖਾਂ ਸੁੱਖਾਂ ਨੂੰ ਪ੍ਰਗਟ ਕਰ ਦੇਣਾ ਇੱਥੋਂ ਤੱਕ ਕਿ ਮਨੁੱਖ ਦੇ ਅੰਦਰ ਬੈਠੇ ਸ਼ੈਤਾਨ ਨੂੰ ਪ੍ਰਗਟ ਕਰ ਦੇਣਾ ਵੀ ਉਸ ਨੂੰ ਕੋਈ ਉੱਚ ਸਹਿਤ ਨਹੀਂ ਜਾਪਦਾ ਇਸੇ ਕਰਕੇ ਉਹ ਕਾਲੀਦਾਸ ਦੀ ਤੇ ਸ਼ਖਸ਼ਪੀਰ ਦੀ ਨਿੰਦਿਆ ਕਰਦਾ ਜਾਂ ਲੋਚਨਾ ਕਰਦਾ ਹੈ ਤਾਂ ਉਸ ਲਈ ਜਿਹੜਾ ਹੈਗਾ ਸਾਧ ਬਚਨ ਤੇ ਇੱਕੋ ਸ਼ਬਦ ਵਰਤਦਾ ਹੈਗਾ ਵਾਕ ਉਹ ਕਹਿੰਦਾ ਕਿ ਬਾਕੀ ਰਚਨਾ ਵਾਕ ਆ ਸਾਧ ਬਚਨ ਉਹ ਨਹੀਂ ਕਿ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੇ ਹੋਏ ਆ ਇਸੇ ਤਰ੍ਹਾਂ ਸ਼ਬਦ ਵਰਤਦਾ ਹੈ ਕਿ ਅਕੈ ਸੁਖ ਇੱਕ ਉਹ ਸੋਖਾ ਕਿ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ ਪਦਾਰਥਕ ਭੋਗਾ ਤੋਂ دنیਵੀ ਭੋਗਾ ਤੋਂ ਪ੍ਰਾਪਤ ਹੁੰਦਾ ਹੈ ਵਸਤਾਂ ਤੋਂ ਪ੍ਰਾਪਤ ਹੁੰਦਾ ਹੈ ਇੱਕ ਅਕੈ ਸੁਖ ਦੀ ਜਦੋਂ ਗੱਲ ਕਰਦਾ ਹੈ ਤਾਂ ਅਕੈ ਸੁਖ ਤੋਂ ਦਾ ਭਾਵ ਆ ਜਿਹੜਾ ਕਪਤਾ ਤੋਂ ਪ੍ਰਾਪਤ ਹੁੰਦਾ ਉਹ ਸੁਖ ਦੀ ਗੱਲ ਕਰਦਾ ਹੈ ਕਿ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਵਸਮਾਦੀ ਆ ਤਾਂ ਇਸ ਤੋਂ ਅੱਗੇ ਇੱਕ ਸ਼ਬਦ ਵਰਤਦਾ ਹੈ ਕਿ ਨੈਣਾ ਵਿੱਚ ਸੁਪਨਾ ਲਟਕਾ ਦੇਣ ਵਾਲੀ ਕਪਤਾ ਦਾ ਕੀ ਕੰਮ ਹੈ ਕਿ ਨੈਣਾ ਵਿੱਚ ਸੁਪਨਾ ਲਟਕਾ ਦੇ ਇਸ ਦਾ ਭਾਵ ਕੀ ਕਿ ਇਹ ਸਾਨੂੰ ਉੱਚੇ ਅੰਬਰੀ ਲੈ ਜਾਂਦੀ ਹੈ ਇਹ ਸਾਡੀ ਸੁਰਤ ਮਨ ਚੇਤਨਾ ਨੂੰ ਉੱਪਰ ਉਠਾ ਦਿੰਦੀ ਹੈ ਇਹ ਵੀ ਉਹ ਕਵਤਾ ਦੀ ਪਰਿਭਾਸ਼ਾ ਕਰਦਾ ਹੋਇਆ ਕਵਤਾ ਦੇ ਇੱਕ ਗੁਣ ਦੱਸਦਾ ਹੈ ਉਹ ਅੱਗੇ ਕਹਿੰਦਾ ਕਿ ਸੋਹਣੀ ਦੁਨੀਆ ਰਚਣ ਵਾਲੀ ਤਾਂ ਕਵਤਾ ਦਾ ਪਰਯੋਜਨ ਉਹ ਅੱਗੇ ਕੀ ਮਿਸ ਦਿੰਦਾ ਇਹ ਇੱਕ ਤਰ੍ਹਾਂ ਦਾ ਪਰਯੋਜਨ ਮਿਸ ਦਿੰਦਾ ਹੈ ਕਿ ਸੋਹਣੀ ਦੁਨੀਆ ਰਚਦੀ ਹੈ ਕਿਹੜੀ ਦੁਨੀਆ ਦੇ ਵਿਰੁੱਧ ਜਿਹੜੀ ਕੋਝੀ ਦੁਨੀਆ ਉਹਦੇ ਮੁਕਾਬਲੇ ਕੀ ਹੈ ਸੋਹਣੀ ਦੁਨੀਆ ਰਚਦੀ ਹੈ ਇਹ ਸੋਹਣੀ ਦੁਨੀਆ ਰਚਨ ਤੋਂ ਵੀ ਉਹ ਅੱਗੇ ਜਾਂਦਾ ਕਿ ਇਹਦਾ ਪੱਕਾ ਰੰਗ ਮਜੀਠ ਪੱਕਾ ਰੰਗ ਮਜੀਠ ਕੀ ਭਾਵ ਕਿ ਇਹਦੀਆਂ ਗੱਲਾਂ ਸਦਾ ਸਥਿਰ ਸਦੀਵੀ ਸਦਾ ਸੱਚ ਨੇ ਉਹਦੇ ਉਲਟ ਜਿਹੜਾ ਬਾਖ ਰਚਨਾ ਹੈ ਉਹਦਾ ਕੱਚਾ ਰੰਗ ਆ ਕੁਝ ਦਿਨ ਲਈ ਖੁਸ਼ੀਆਂ ਦੇ ਸਕਦਾ ਕੁਝ ਦਿਨ ਲਈ ਮਨ ਨੂੰ ਭਾ ਸਕਦਾ ਪਰ ਉਹ ਸਦਾ ਰਹਿਣ ਵਾਲਾ ਨਹੀਂ ਆ ਉਹ ਜੀਵਨ ਰੰਗ ਆ ਜਿਹਦੇ ਅੰਦਰ ਸੁਰਤ ਤਜਰਬਾ ਗਾ ਉੱਠਦਾ ਹੁਣ ਉਹ ਤਜਰਬੇ ਦੀ ਗੱਲ ਕਰਦਾ ਹੈ ਅਸਲ ਵਿੱਚ ਤਾਂ ਜਿਹੜੇ ਕਾਪਤਾ ਦੇ ਆਮ ਲੱਛਣ ਮੰਨੇ ਜਾਂਦੇ ਆ ਚਾਹੇ ਉਹ ਕਲਪਨਾ ਹੋਵੇ ਚਾਹੇ ਜਜਬਾ ਹੋਵੇ ਚਾਹੇ ਸੋਚ ਹੋਵੇ ਚਾਹੇ ਵਿਚਾਰ ਹੋਣ ਉਹਨਾਂ ਨੂੰ ਹੀ ਪੂਰਨ ਸਿੰਘ ਆਪਣੇ ਢੰਗ ਨਾਲ ਵਿਆਖਿਆ ਦਿੰਦਾ ਹੈ ਤਾਂ ਪੂਰਨ ਸਿੰਘ ਦੀ ਵਿਆਖਿਆ ਜਿਹੜੀ ਉਹ ਪੂਰਨ ਸਿੰਘ ਦੀ ਆਪਣੀ ਵਿਆਖਿਆ ਹੈਗੀ ਆ ਤਾਂ ਇਹਨਾਂ ਪ੍ਰਸੰਗਾਂ ਦੇ ਵਿੱਚ ਪੂਰਨ ਸਿੰਘ ਨੂੰ ਜਦੋਂ ਅਸੀਂ ਸਮਝਦੇ ਜਾਂ ਪੜ੍ਹਦੇ ਆ ਤਾਂ ਕਿਤੇ ਕਿਤੇ ਲੱਗਦਾ ਹੈ ਕਿ ਪੂਰਨ ਸਿੰਘ ਦੇ ਅਨਸਾਰ ਜਿਹੜੀ ਕਪਤਾ ਹੈ ਸਧਾਰਨ ਹੁਨਰ ਨਹੀਂ ਹੈ ਇਹ ਬਹੁਤ ਹੀ ਵਿਸ਼ੇਸ਼ ਹੁਨਰ ਹੈ ਕਿਹਦੇ ਵਿੱਚ ਪ੍ਰਗਟ ਹੁੰਦਾ ਜ ਜਿਹਦੇ ਤੇ दैਵੀ ਅवेश ਹੋਵੇ ਜਿਹਦੇ ਤੇ दैਵੀ ਵੇਸ਼ ਹੋਵੇ ਉੱਥੇ ਵੀ ਕਵੀ ਨੇ ਖੁਦ ਕੁਝ ਨਹੀਂ ਕਰਨਾ ਸੁਚੇਤ ਕੁਝ ਨਹੀਂ ਕਰਨਾ ਉਹਦੇ ਹਿਰਦੇ ਨੇ ਆਪਣੇ ਆਪ ਹੀ ਬਾਹਰੀ ਸੰਸਾਰ ਦੇ ਜਿਹੜੇ ਚਿੱਤਰ ਨੇ ਉਹਨਾਂ ਵਿੱਚੋਂ ਆਪ ਹੀ ਚੰਗੇ ਤੇ ਮਾੜੇ ਨਖੇੜ ਲੈਣੇ ਆ ਉਸ ਨੇ ਕੋਈ ਖੁਦ ਤਰਦਤ ਨਹੀਂ ਕਰਨਾ ਖੁਦ ਉਸ ਨੇ ਕੋਈ ਕੋਸ਼ਿਸ਼ ਨਹੀਂ ਕਰਨੀ ਇਹ ਪੂਰਨ ਸਿੰਘ ਦੀ ਸੋਚ ਹੈਗੀ ਆ ਫਿਰ ਉਹ ਕਹਿੰਦਾ ਕਿ ਇਹ ਜਿਹੜਾ ਕਵਤਾ ਦੀ ਹੈਗੀ ਆ ਉਹ ਆਪ ਮਹਾਰਾ ਮਨੁੱਖ ਨੂੰ ਉੱਪਰ ਅਠਾ ਦਿੰਦਾ ਹੈ ਤਾਂ ਕਵਤਾ ਦੇ ਬਾਰੇ ਉਸ ਦੇ ਇਹ ਵਿਚਾਰ ਨੇ ਇੱਕ ਵਿਚਾਰ ਪੂਰਨ ਸਿੰਘ ਨੇ ਹੋਰ ਬੜਾ ਮਹੱਤਵਪੂਰਨ ਦਿੱਤਾ ਉਹ ਕਹਿੰਦਾ ਕਿ ਜਿਹੜੀ ਕਵਤਾ ਹੈ ਨਾ ਉਹ ਸਿਰ ਆਪਣੀ ਭਾਸ਼ਾ ਵਿੱਚ ਹੀ ਹੋ ਸਕਦੀ ਹੈ ਤਾਂ ਉਹ ਕਹਿੰਦਾ ਕਿ ਮਾਂ ਬੋਲੀ ਤੋਂ ਬਿਨਾਂ ਕਵਤਾ ਨਹੀਂ ਰਚੀ ਜਾ ਸਕਦੀ ਵਾਕ ਰਚੇ ਜਾ ਸਕਦੇ ਆ ਵਾਰ-ਵਾਰ ਮੈਂ ਕਹਿੰਦਾ ਕਿ ਕਵਿਤਾ ਤੇ ਵਾਕ ਦੇ ਵਿੱਚ ਸਾਧ ਬਚਨਾਂ ਦੇ ਵਿੱਚ ਤੇ ਵਾਕ ਦੇ ਵਿੱਚ ਭੇਦ ਕਰਦਾ ਕਹਿੰਦਾ ਕਿ ਪੰਜਾਬੀ ਬੰਦਾ ਮਾਂ ਬੋਲੀ ਜਿਹਦੀ ਪੰਜਾਬੀ ਉਹ ਪੰਜਾਬੀ ਚ ਹੀ ਕਵਿਤਾ ਲਿਖ ਸਕਦਾ ਉਹ ਹਿੰਦੀ ਜਾਂ ਅੰਗਰੇਜ਼ੀ ਜਾਂ ਉਰਦੂ ਦੇ ਵਿੱਚ ਕਵਿਤਾ ਲਿਖ ਲਵੇ ਉਹ ਕਵਿਤਾ ਨਹੀਂ ਹੋਊਗੀ ਵਾਕ ਰਚਨਾ ਹੋਊਗੀ ਆਪਣੀ ਮਾਂ ਬੋਲੀ ਦੇ ਵਿੱਚ ਹੀ ਮਾ ਕੇ ਸਹਿਜ ਸੁਭਾਅ ਜਿਹੜੀ ਉਹ ਕਵਿਤਾ ਰਚੀ ਜਾਂਦੀ ਆ ਇਸ ਗੱਲ ਤੇ ਵੀ ਪੂਰਨ ਸਿੰਘ ਬਹੁਤ ਜ਼ੋਰ ਦਿੰਦਾ ਇਕਪੂਰਨ ਸਿੰਘ ਰੂਹ ਤੇ ਜਿਸਮ ਦੀ ਬਹੁਤ ਗੱਲ ਕਰਦਾ ਹੈ ਉਹ ਕਹਿੰਦਾ ਕਿ ਜਿਹੜੀ ਕਵਤਾ ਹੈ ਨਾ ਕਿ ਜਿਸਮ ਦੀ ਗੱਲ ਨਹੀਂ ਕਰਦੀ ਨਾ ਹੀ ਇਹ ਜਿਸਮ ਦੀ ਪੈਦਾਵਾਰ ਆ ਨਾ ਹੀ ਇਹ ਜਿਹਨੂੰ ਜਿਸਮ ਲਿਖਦਾ ਇਹਨੂੰ ਰੂਹ ਹੀ ਲਿਖਦੀ ਹੈ ਨਾ ਹੀ ਇਹ ਰੂਹ ਤੱਕ ਪਹੁੰਚਦੀ ਹੈ ਜਿਸਮ ਤੱਕ ਸੀਮਤ ਨਹੀਂ ਰਹਿੰਦੀ ਤਾਂ ਇੱਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਉਹ ਕਵਤਾ ਨੂੰ ਰੂਹ ਦਾ ਨਗਮਾ ਰੂਹ ਤੱਕ ਪੁੱਜਣ ਵਾਲੀ ਚੀਜ਼ ਰੂਹ ਦੀ ਖੇੜ ਹੀ ਖਿਆਲ ਕਰਦਾ ਇਸ ਗੱਲ ਤੇ ਉਹ ਕਾਫੀ ਜ਼ੋਰ ਦਿੰਦਾ ਹੈ ਕਿ ਇਹ ਸਰੀਰਾਂ ਦੇ ਚਿੱਤਰ ਨਹੀਂ ਆ ਜਿਹੜੇ ਸਰੀਰਾਂ ਦੇ ਚਿੱਤਰ ਖਿੱਚਦੇ ਨੇ ਉਹ ਕਵਿਤਾ ਨਹੀਂ ਕਹਿੰਦੇਗੇ ਉਹ ਸਿਰਫ ਬਾਕ ਰਚਨਾ ਕਰਦੇ ਆ ਜਿਹੜੀ ਕਵਿਤਾ ਹੈਗੀ ਆ ਉਹ ਸਰੀਰਾਂ ਤੋਂ ਪਾਰ ਰੂਹਾਂ ਦੇ ਦੇਸ਼ ਉੱਚੇ ਗਗਣੀ ਉੱਚੀਆਂ ਅਡਾਰੀਆਂ ਮਾਰਦੀ ਆ ਪੂਰਨ ਸਿੰਘ ਇੱਕ ਹੋਰ ਗੱਲ ਵੀ ਆਖਦਾ ਉਹ ਗੱਲ ਉਹਦੇ ਮਨ ਦੇ ਵਿੱਚ ਕਿਤੇ ਬੈਠੀ ਹੋਈ ਆ ਕਿ ਜਿਹੜੀ ਕਪਤਾ ਹੈ ਨਾ ਇਹਦਾ ਅਕਲ ਨਾਲ ਕੋ ਗਿਆਨ ਨਾਲ ਬਹੁਤਾ ਸਬੰਧ ਨਹੀਂ ਆ ਉਹ ਤਾਂ ਕਹਿੰਦਾ ਹੈ ਕਿ ਜਿੱਥੇ ਅਕਲ ਬੇਸਿੱਦਕੀ ਸ਼ਬਦ ਵਰਦਾ ਬੇਸਿੱਦਕੀ ਹੋਵੇ ਕਿ ਜਿੱਥੇ ਬੰਦਾ ਸੋਚ ਹੀ ਜਾਵੇ ਉੱਥੇ ਕਪਤਾ ਨਹੀਂ ਹੋ ਸਕਦਾ ਕਪਤਾ ਦਾ ਜਿਹੜਾ ਦੇਸ਼ ਆ ਉਹ ਕਿਤੇ ਅੱਗੇ ਸ਼ੁਰੂ ਹੁੰਦਾ ਹੈ ਬੜਾ ਸ਼ੱਕ ਜੇ ਅਸੀਂ ਪੂਰਨ ਸਿੰਘ ਦੇ ਇਹਨਾਂ ਸਾਰੇ ਵਿਚਾਰਾਂ ਨੂੰ ਵੇਖੀਏ ਸਾਨੂੰ ਲੱਗਦਾ ਹੈਗਾ ਕਿ ਪੂਰਨ ਸਿੰਘ ਦਾ ਜਿਹੜਾ ਕਾਵਿ ਸਿਧਾਂਤ ਆ ਉਹ ਅਸਲ ਦੇ ਵਿੱਚ ਉਸ ਕਾਵਿ ਸਿਧਾਂਤ ਨਾਲ ਜੁੜਦਾ ਹੈ ਜਿਸ ਸੰਸਾਰ ਜਿਹੜੀ ਕਵਤਾ ਹੈ ਉਹ ਕੋਈ دنیਵੀ ਰਚਨਾ ਨਹੀਂ ਇਹ ਦੇਵੀ ਰਚਨਾ ਹੈ ਤੇ ਉਸ ਦੀ ਜਿਹੜੀ ਸ਼ਬਦਾਵਲੀ ਆ ਉਹ ਇਸੇ ਕਰਕੇ ਅਧਿਆਤਮਕ ਹੈਗੀ ਆ ਕਿ ਉਹ ਸਰੀਰਾਂ ਨੂੰ ਮਹੱਤਤਾ ਨਹੀਂ ਦਿੰਦਾਗਾ ਜਜਬਿਆਂ ਨੂੰ ਓਨੀ ਮਹੱਤਤਾ ਨਹੀਂ ਦਿੰਦਾਗਾ ਜਿੰਨਾ ਰੂਹ ਦੇ ਗਾਉਣ ਨੂੰ ਮਹੱਤਤਾ ਦਿੰਦਾ। ਉਹ ਅਕਲ ਨੂੰ ਓਨੀ ਮਹੱਤਤਾ ਨਹੀਂ ਦਿੰਦਾ। ਜਿੰਨਾ ਮਨੁੱਖ ਦੇ ਉਹ ਹਿਰਦੇ ਨੂੰ ਮਹੱਤਤਾ ਦਿੰਦਾ ਕਿ ਜਿਹਦੇ ਤੇ दैवी ਵਰਦਾਨ ਹੋਵੇ ਜਾਂ दैवी ਆવેશ ਹੋਵੇ। ਤੋਂ ਇੱਕ ਤਰ੍ਹਾਂ ਨਾਲ ਇਹ ਪੂਰਨ ਸਿੰਘ ਦਾ ਆਪਣਾ ਕਾਵਿ ਸਿਧਾਂਤ ਆ ਜਿਸ ਨੂੰ ਅਸੀਂ ਉਹਨਾਂ ਦੇ ਲੇਖਾਂ ਵਿੱਚੋਂ ਜਾਣ ਸਕਦੇ। ਮੈਂ ਸਿਰਫ ਕੁਝ ਸਤਰਾਂ ਜਿਹੜੀਆਂ ਤੁਹਾਡੇ ਨਾਲ ਇਸ ਕਰਕੇ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਉਹ ਸਾਡੇ ਸਮਝੇ ਜਾਂਦੇ ਜਿਹੜੇ ਵੱਡੇ ਕਵੀ ਆ ਉਹਨਾਂ ਨੂੰ ਕਿਵੇਂ ਉਹ ਰੱਦਦਾ ਹੈ ਕਵੀ ਚਿੱਤ ਰੱਬੀ ਸਹਨਪ ਰੱਬੀ ਦਿਲ ਦੇ ਗੁਣਾ ਦੇ ਹੀਰੇ ਪ੍ਰਮਾਣੂਆਂ ਨੂੰ ਆਪ ਮਹਾਰਾ ਲੱਗ ਕਰਕੇ ਆਪਣੇ ਅਕਹਿ ਰਸ ਦੀ ਕਰਤਾਰਤਾ ਨੂੰ ਸਿੱਧ ਕਰਦਾ ਹੈ ਪਰ ਕਵੀ ਚਤ ਸਦਾ ਰੱਬੀ ਚਤ ਦੇ ਅੰਦਰ ਹੀ ਹਿਲਜੁਲ ਨਾਲ ਇੱਕ ਸੁਰ ਹੁੰਦਾ ਹੈ ਤੇ ਸ਼ੈਕਸਪੀਅਰ ਕਾਲੀਦਾਸ ਆਦ ਹਵਾਨ ਮੰਡਲ ਦੇ ਅੰਦਰ ਹੀ ਹਿਲਜੁਲ ਨਾਲ ਇੱਕ ਸੁਰ ਹੁੰਦੇ ਆ ਚਤ ਦੇ ਸ਼ੀਸ਼ੇ ਵਿੱਚ ਫਰਕ ਦੋਵਾਂ ਵੱਡੇ ਕਵੀਆਂ ਨੂੰ ਇਸ ਤਰ੍ਹਾਂ ਨਕਾਰ ਦਿੰਦਾ ਹੈ ਕਿ ਉਹ ਹਵਾਨੀਅਤ ਦੇ ਚਿੱਤਰ ਹੀ ਖਿੱਚਦੇ ਆ ਕਿਉਂ ਇਸ ਦਾ ਜਿਆਦਾ ਵਧੀਆ ਜਵਾਬ ਤਾਂ ਉਹ ਕਵੀ ਮਾਣੀ ਦੇ ਸਕਦਾ ਜਿਸ ਨੇ ਲਿਖਿਆ ਪਰ ਮੈਨੂੰ ਇਹ ਚ ਆਪਦਾ ਕਿ ਕਿਤੇ ਨਾ ਕਿਤੇ ਪੂਰਨ ਸਿੰਘ ਦੇ ਵਿੱਚ ਆਪਣੀ ਕਾਵ ਚੇਤਨਾ ਉੱਪਰ ਆਪਣੀ ਕਾਵ ਸਿਰਜਣਾ ਉੱਪਰ ਬਹੁਤ ਜ਼ਿਆਦਾ ਮਾਣ ਸੀ ਤੇ ਉਸ ਨੂੰ ਜਿਹੜੇ ਦੁਨੀਆ ਵੱਲੋਂ ਪ੍ਰਵਾਨੇ ਕਵੀ ਆ ਉਹ ਉਨੇ ਵੱਡੇ ਨਹੀਂ ਲੱਗਦੇ ਸੀ ਇਸ ਕਾਰਨ ਕਰਕੇ ਉਹਨਾਂ ਕਵੀਆਂ ਦੀਆਂ ਕਵਤਾਵਾਂ ਤੇ ਉਹਨਾਂ ਦੇ ਜੱਜਬਿਆਂ ਨੂੰ ਬਹੁਤੀ ਮਹੱਤਤਾ ਨਹੀਂ ਦਿੰਦਾ ਦੇਖੋ ਕਵਤਾ ਜਿਹੜੀ ਹੈਗੀ ਆ ਮਾਨਣਾ ਜਾਣੂ ਅੰਤਰਰਾਸ਼ਟਰੀ ਕੋਈ ਉਹਦੇ ਪੱਕੇ ਪੀੜੇ ਪਮਾਨੇ ਤਾਂ ਹੈ ਨਹੀਂ ਕਿ ਜਿੰਨਾ ਤੇ ਪਰਖੀ ਜਾ ਸਕੇ ਕਿ ਆ ਠੀਕ ਆ ਗਲਤ ਆ ਇਹ ਪੂਰਨ ਸਿੰਘ ਦਾ ਵਿਚਾਰ ਆ ਤੇ ਪੂਰਨ ਸਿੰਘ ਇਹਨਾਂ ਕਵੀਆਂ ਨੂੰ ਕੀ ਸਮਝਦਾ ਤੇ ਕਾਪਤਾ ਨੂੰ ਕੀ ਸਮਝਦਾ ਉਹ ਸਮਝਣ ਲਈ ਜਦੋਂ ਅਸੀਂ ਇਹ ਲੇਖ ਪੜ੍ਹਦੇ ਆ ਤਾਂ ਇਹ ਜ਼ਰੂਰ ਹੈ ਕਿ ਉਹ ਪ੍ਰਾਣੀ ਪੰਜਾਬੀ ਆ ਕੁਝ ਸ਼ਬਦ ਉਹਦੇ ਵਿੱਚ ਅੱਜ ਲਈ ਅੜਦੇ ਆ ਜਿਵੇਂ ਅੱਜ ਜਿਹੜਾ ਹੈਗਾ ਸੁਹਣਾ ਪ ਸ਼ਬਦ ਨਹੀਂ ਵਰਤਿਆ ਜਾਂਦਾ ਉਹ ਬਿਊਟੀ ਦੇ ਲਈ ਜਾਂ ਸੋਹਣੇ ਦੇ ਲਈ ਉਹ ਸਹਨਾਪਾ ਸ਼ਬਦ ਵਾਰ-ਵਾਰ ਵਰਤਦਾ ਹੈਗਾ ਸੋਹਣੇ ਦੇ ਮੂਲ ਸਹਨਾਪ ਦੇ ਵਿੱਚ ਲੱਭਦਾ ਹੈ ਤਾਂ ਇਸ ਕਿਸਮ ਦੇ ਸ਼ਬਦ ਵਰਤਦਾ ਹੈ ਇਸੇ ਤਰ੍ਹਾਂ ਕਲਾ ਨੂੰ ਉਹ ਹਨਰ ਲਿਖਦਾ ਹੈਗਾ ਹਨਰ ਵੀ ਨਹੀਂ ਉਨਰ ਲਿਖਦਾ ਊੜੇ ਨੂੰ ਔਂਕੜ ਪਾ ਕੇ ਨੰਨਾ ਰਾਰਾ ਉਨਰ ਲਿਖਦਾ ਇਸ ਪੁਸਤਕ ਦੇ ਵਿੱਚ ਉਹੀ ਸ਼ਬਦ ਜੋੜ ਰੱਖੇ ਗਏ ਆ ਜਿਹੜੇ ਸ਼ਬਦ ਜੋੜ ਖੁਦ ਪੂਰਨ ਸਿੰਘ ਨੇ ਵਰਤੇ ਸੀ ਉਹਦਾ ਕਾਰਨ ਇਹ ਕਿ ਅਸੀਂ ਵਿਦਿਆਰਥੀਆਂ ਨੂੰ ਇਹ ਜਾਣੂ ਕਰਾਉਣਾ ਚਾਹੁੰਦੇ ਸੀ ਕਿ ਉਸ ਸਮੇਂ ਦੀ ਪੰਜਾਬੀ ਕਿਸ ਕਿਸਮ ਦੀ ਸੀ ਦੂਸਰੀ ਜਿਹੜੀ ਗੱਲ ਇਸ ਪੁਸਤਕ ਜਾਂ ਇਸ ਲੇਖ ਦੇ ਵਿੱਚੋਂ ਮਹੱਤਵਪੂਰਨ ਉਗੜਦੀ ਆ ਉਹ ਕਿ ਉਹ ਕਿਸੇ ਸੰਠਣ ਦੇ ਵਿੱਚ ਆਪਦੇ ਲੇਖ ਨੂੰ ਨਹੀਂ ਲਿਖਦਾਗਾ ਉਹ ਜਿਹਨੂੰ ਕਹਿ ਸਕਦੇ ਆ ਕਿ ਉਗੜੇ ਦੁਗੜੇ ਢੰਗ ਨਾਲ ਆਪਣੇ ਮਨ ਦੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ ਤੇ ਇੱਕ ਤਰ੍ਹਾਂ ਨਾਲ ਇਹ ਵੀ ਲੱਗ ਸਕਦਾ ਹੈਗਾ ਕਿਸੇ ਪਾਠਕ ਨੂੰ ਕਿ ਉਹ ਕਨਫਿਊਜ਼ਡ ਉਹਦੇ ਕੋਲੇ ਸਪਸ਼ਟ ਵਿਚਾਰ ਨਹੀਂ ਅਸਪਸ਼ਟ ਨੇ ਇਸੇ ਕਰਕੇ ਉਹ ਕਿਸੇ ਸੰਗਠਨ ਜਾਂ ਕਿਸੇ ਸਰਚਨਾ ਵਿੱਚ ਨਹੀਂ ਬਣ ਸਕਦਾ ਮੈਨੂੰ ਲੱਗਦਾ ਹੈ ਕਿ ਉਹਦੇ ਕੋਲੇ ਵਿਚਾਰਾਂ ਦਾ ਬਹੁਤ ਤੀਬਰ ਪ੍ਰਵਾਹ ਹੈ ਉਹ ਵਿਚਾਰਾਂ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ ਪਰ ਉਹ ਤੀਬਰ ਪ੍ਰਵਾਹ ਉਸ ਪ੍ਰਵਾਹ ਵਿੱਚ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਦੇ ਕਿਸੇ ਦੀ ਟੰਗ ਫੜ ਲੈਂਦਾ ਕਦੇ ਕਿਸੇ ਦੀ ਬਾਹ ਫੜ ਲੈਂਦਾ ਕਦੇ ਕਿਤੇ ਪਹੁੰਚ ਜਾਂਦਾ ਕਦੇ ਇੱਕ ਪਹਿਰੇ ਦੇ ਵਿੱਚ ਜੇ ਉਹ ਕਾਵਚਿਤ ਦੀ ਗੱਲ ਕਰਦਾ ਤਾਂ ਹੋ ਸਕਦਾ ਅਗਲੇ ਪਹਿਰੇ ਦੇ ਵਿੱਚ ਉਹ ਇਕਦਾਂਹੀ ਕਿਸੇ ਦੇਵੀ ਵੇਸ਼ ਦੀ ਗੱਲ ਕਰਨ ਲੱਪੇ ਜੇ ਕਿਤੇ ਉਹ ਦੇਵੀ ਵੇਸ਼ ਦੀ ਗੱਲ ਕਰਦਾ ਹੈ ਤੇ ਹੋ ਸਕਦਾ ਹੈਗਾ ਕਿਤੇ ਅਚਾਨਕ ਹੀ ਉਹ ਇਹ ਦੱਸਣਾ ਸ਼ੁਰੂ ਕਰ ਦੇਵੇ ਕਿ ਜਦੋਂ ਕਵਤਾ ਦਾ ਮਨੁੱਖੀ ਮਨ ਤੇ ਪ੍ਰਭਾਵ ਕੀ ਪੈਂਦਾ ਉਸ ਦੀ ਆਪਣੇ ਮਨ ਦੇ ਵਿੱਚ ਤਾਂ ਸਪਸ਼ਟਤਾ ਹੈਗੀ ਆ ਪਰ ਜਦੋਂ ਉਹਨਾਂ ਵਿਚਾਰਾਂ ਨੂੰ ਉਹ ਪ੍ਰਗਟ ਕਰਦਾ ਹੈ ਜ਼ਰੂਰੀ ਨਹੀਂ ਕਿ ਪਾਠਕ ਵੀ ਉਹਨਾਂ ਨੂੰ ਉਸੇ ਢੰਗ ਨਾਲ ਸਮਝੇ ਇਸ ਲਈ ਉਸ ਨੂੰ ਉਹਨੂੰ ਵਾਰ-ਵਾਰ ਪੜ੍ਹਨਾ ਪੈ ਸਕਦਾ ਹੈ ਜਾਂ ਵਾਰ-ਵਾਰ ਸਮਝਣਾ ਪੈ ਸਕਦਾ ਇੱਕੋ ਗੱਲ ਕਹਿੰਦਾ ਹੈਗਾ ਕਿ ਕਵਤਾ ਜਿਹੜੀ ਉਹ ਰੂਪ ਨੂੰ ਅਰੂਪ ਕਰਦੀ ਹੈ ਤੇ ਅਰੂਪ ਨੂੰ ਰੂਪ ਕਰਦੀ ਹੈ ਜੋ ਦਿਸਦਾ ਉਦੀ ਥਾਂ ਤੇ ਆਣ ਦਿਸਦਾ ਦਿਖਾ ਦਿੰਦੀ ਹੈ ਜੋ ਆਣ ਦਿਸਦਾ ਉਸ ਨੂੰ ਦਿਸਦਾ ਕਰ ਦਿੰਦੀ ਹੈ ਇਸ ਕਿਸਮ ਦੇ ਉਹਦੇ ਵਾਕ ਆ ਜਿਹੜੇ ਉਹ ਕਵਤਾ ਦੀ ਪ੍ਰਕਿਰਤੀ ਨੂੰ ਰਹਾਸਮਈ ਬਣਾ ਦਿੰਦੇ ਆ ਕਵਤਾ ਦੀ ਪ੍ਰਕਿਰਤੀ ਨੂੰ ਨਾ ਉਹ ਰਹਾਸਮਈ ਬਣਾ ਦਿੰਦੇ ਆ ਅਸਲ ਵਿੱਚ ਪੂਰਨ ਸਿੰਘ ਦਾ ਸਾਰਾ ਜਿਹੜਾ ਕਾਵਿ ਸਿਧਾਂਤ ਆ ਉਹ ਅਧਿਆਤਮਕ ਰਹਾਸਵਾਦੀ ਕਾਵਿ ਸਿਧਾਂਤ ਹੀ ਹੈਗਾ ਜਿਹੜਾ ਕਵਤਾ ਨੂੰ ਇਹ ਇੱਕ ਤਰ੍ਹਾਂ ਦਾ ਰੱਬੀ ਅਵੇਸ਼ ਵੀ ਮੰਨਦੀ ਐ ਤੇ ਇਹ ਵੀ ਮੰਨਦਾ ਐ ਕਿ ਇਹਦੇ ਵਿੱਚ ਮਨੁੱਖ ਨੇ ਬਹੁਤਾ ਕੁਝ ਨਹੀਂ ਕਰਨਾ ਹੁੰਦਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਵੀ ਕੌਣ ਹੋ ਸਕਦਾ ਤਾਂ ਇੱਕ ਤਰ੍ਹਾਂ ਨਾਲ ਅਸਿੱਧੇ ਤੌਰ ਤੇ ਕਿ ਜਿਹਦੇ ਉੱਪਰ ਰੱਬ ਮહેર ਕਰੇ ਤਾਂ ਇਹਦੇ ਵਿੱਚ ਇੱਕ ਵੱਖਰੇ ਕਿਸਮ ਦਾ ਕਾਵਿ ਸਿਧਾਂਤ ਪੈਦਾ ਕਹਾਣੀਆਂ ਦੇ ਬਾਰੇ ਕਹਿੰਦਾ ਹੈ ਕਿ ਕਵੀ ਜਿਹੜੇ ਥੋੜੇ ਜਿਹੀ ਕਮਲੇ ਥੋੜੇ ਜਿਹੀ ਬਾਵਲੇ ਹੁੰਦੇ ਆ ਕਵੀ ਜਨ ਸਦਾ ਆਪਣਾ ਨੇਮ ਤੇ ਕਾਨੂੰਨ ਆਪ ਹੁੰਦੇ ਉਹਨਾਂ ਨੂੰ ਬਾਹਰ ਦੀ ਲੋਕਾਚਾਰੀ ਤੇ ਦੁਨੀਆਵਾਰਗੀ ਵਿਹਾਰਕ ਨੀਤੀ ਤੇ ਧਿਆਨ ਠੋਕੀ ਉਕਲ ਉਹ ਅਕਲ ਉੱਕਾ ਨਹੀਂ ਹੁੰਦੀ। ਪ੍ਰਤੀਤ ਇੰਜ ਹੁੰਦਾ ਬੇਸੂਲੇ ਅਨੇਮੀ ਤੇ ਬਾਵਲੇ ਜੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਦੁਨੀਆ ਦਾ اخلاق ਵੀ ਕਾਹਲ ਪਾਂਦਾ ਹੈ। ਅਸਲ ਦੇ ਵਿੱਚ ਤਾਂ ਇਹ ਕਿ ਕਾਫੀ ਹੱਦ ਤੱਕ ਜੋ ਕੁਝ ਪੂਰਨ ਸਿੰਘ ਲਿਖ ਰਿਹਾ ਉਹ ਤੇ ਖੁਦ ਦੀ ਸ਼ਖਸੀਅਤ ਤੇ ਵੀ ਉਹ ਕਾਫੀ ਹੱਦ ਤੱਕ ਟੁੱਕਦਾ ਹੈ। ਪੂਰਨ ਸਿੰਘ ਖੁਦ ਵੀ ਅਜੀਹ ਹੈ ਸੀ। ਉਹ ਜਿਹੜੇ ਆਮ ਦੁਨਿਆਵੀ ਨੀਮ ਨੇ ਉਹਨਾਂ ਦੇ ਵਿੱਚ ਨਹੀਂ ਵੱਜਦਾ ਤੇ ਇਹ ਗੱਲ ਪੂਰਨ ਸਿੰਘ ਬੜੇ ਜ਼ੋਰ ਨਾਲ ਉਠਾਉਂਦਾ ਹੈਗਾ ਨਿਸ਼ਚੇ ਹੀ ਪੂਰਨ ਸਿੰਘ ਦੇ ਕਾਪ ਦੇ ਬਾਰੇ ਜਿਹੜੇ ਵਿਚਾਰ ਪ੍ਰਗਟਾਏ ਤੁਸੀਂ ਉਹਨਾਂ ਨਾਲ ਸਹਿਮਤ ਹੋ ਜਾਂ ਨਾ ਸਹਿਮਤ ਹੋ ਪਰ ਉਸ ਨੂੰ ਸਮਝਣਾ ਹਰ ਵਿਦਿਆਰਥੀ ਲਈ ਬਹੁਤ ਜ਼ਰੂਰੀ ਆ ਕਿ ਇਸ ਨਾਲ ਤੁਸੀਂ ਜ਼ਰੂਰੀ ਤੌਰ ਤੇ ਪੂਰਨ ਸਿੰਘ ਦੇ ਕਾਵ ਪ੍ਰਤੀ ਵਿਚਾਰਾਂ ਨੂੰ ਜਾਣ ਕੇ ਇਹ ਜਾਣ ਸਕਦੇ ਆ ਕਿ ਕੁਝ ਲੋਕ ਕਵਤਾ ਬਾਰੇ ਕਿਸ ਤਰ੍ਹਾਂ ਸੋਚਦੇ ਨੇ ਸਾਡੇ ਕੋਲ ਇੱਕ ਪੂਰੀ ਦੀ ਪੂਰੀ ਪਰੰਪਰਾ ਇੱਕ ਪੂਰੀ ਦੀ ਪੂਰੀ ਧਾਰਾ ਹੈ ਜਿਹੜੀ ਕਵਤਾ ਦੀ ਸਿਰਜਣਾ ਦੇ ਬਾਰੇ ਇਹ ਸਮਝਦੀ ਆ ਕਿ ਹੋਰ ਕਲਾਵਾਂ ਵਾਂਗ ਸਿੱਖੇ ਜਾਣ ਵਾਲੀ ਕਲਾ ਹੈ ਜਦੋਂ ਕਿ ਪੂਰਨ ਸਿੰਘ ਸਮਝਦਾ ਹੈ ਕਿ ਨਹੀਂ ਇਹ ਤਾਂ ਦੇਵੀ ਅवेश ਆ ਇਸੇ ਤਰੀਕੇ ਬਹੁਤ ਸਾਰੇ ਲੋਕ ਸਮਝਦੇ ਆ ਕਿ ਕਵਤਾ ਜਿਹੜੀ ਉਸ ਸਮੇਂ ਸਥਾਨ ਦੀ ਪੈਦਾਵਾਰ ਹੁੰਦੀ ਹੈ ਤੇ ਇਹ ਇੱਕ ਤਰ੍ਹਾਂ ਦੀ ਸਮਾਜਿਕ ਚੇਤਨਾ ਦੀ ਵਸਤ ਹੈਗੀ ਆ ਇਹਦੇ ਉਲਟ ਜਿਹੜਾ ਪੂਰਨ ਸਿੰਘ ਇਹ ਸਮਝਦਾ ਹੈ ਕਿ ਜਿਹੜੀ ਕਵਤਾ ਹੈਗੀ ਆ ਉਹ ਕੋਈ ਸਮਾਜਿਕ ਚੇਤਨਾ ਦੀ ਵਸਤ ਨਹੀਂ ਇਹ दैਵੀ ਆਵੇਸ਼ ਦਾ ਸਿੱਟਾ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਜਿਹੜੀ ਇਹ ਕਵਤਾ ਹੈਗੀ ਆ ਉਹ ਸਾਡੇ ਭਾਵਾਂ ਨੂੰ ਪੇਸ਼ ਕਰਦੀ ਆ ਭਾਵਾਂ ਨੂੰ ਸਮੂਰਤ ਰੂਪ ਵਿੱਚ ਪੇਸ਼ ਕਰਦੀ ਆ ਪਰਪੂਰਨ ਸਿੰਘ ਜਿਹੜਾ ਕਹਿੰਦਾ ਹੈ ਕਿ ਨਹੀਂ ਇਹ ਕਈ ਵਾਰ ਸਮੂਰਤ ਨੂੰ ਮੂਰਤ ਤੇ ਕਈ ਵਾਰ ਅਮੂਰਤ ਨੂੰ ਸਮੂਰਤ ਕਰ ਦਿੰਦੀ ਆ ਇਸੇ ਪ੍ਰਕਾਰ ਹੀ ਬੰਦੇ ਸਮਝਦੇ ਨੇ ਕਿ ਜਿਹੜੇ ਕਵੀ ਨੇ ਉਹ ਵੀ ਹੋਰ ਸਮਾਜਿਕ ਜੀਵਾ ਵਰਗੀ ਜੀਵ ਨੇ ਪੂਰਨ ਸਿੰਘ ਆਖਰ ਤੇ ਪੁੱਜਦਿਆਂ ਤਾਂ ਗੱਲ ਬਿਲਕੁਲ ਸਪਸ਼ਟ ਕਰ ਦੱਸ ਉਹ ਕਹਿੰਦਾ ਦੁਨੀਆ ਭਰ ਦੀ ਜਿਹੜੀ ਕਵਿਤਾ ਹੈ ਉਹ ਨਾ ਅਜ਼ੀਲ ਤੱਕ ਪੁੱਜ ਸਕਦੀ ਹੈ ਨਾ ਕ੍ਰਾਂਤਿਕ ਪੁੱਜ ਸਕਦੀ ਹੈ ਉਹ ਵੱਖਰੇ ਪਹਿਰੇ ਦੇ ਵਿੱਚ ਕਹਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਤਾਂ ਕਪਤਾਨੇ ਪੁੱਜਣੇ ਕੀ ਆ ਤਾਂ ਇਥੋਂ ਸਾਫ ਜਾ ਰਿਹਾ ਕਿ ਉਸ ਦੇ ਮਨ ਵਿੱਚ ਜਿਹੜੀ ਅਧਿਆਤਮਕ ਕਪਤਾ ਹੈਗੀ ਆ ਜਿਹੜੀ ਰੱਬ ਦੀਆਂ ਗੱਲਾਂ ਕਰਦੀ ਕਪਤਾ ਹੈ ਜਿਹੜੀ ਪੈਗੰਬਰਾਂ ਵੱਲੋਂ ਲਿਖੇ ਹੋਏ ਬੋਲ ਨੇ ਸ਼ਬਦ ਨੇ ਵਾਕ ਨੇ ਬਾਣੀ ਆ ਉਸ ਨੂੰ ਹੀ ਉੱਚੀ ਕਪਤਾ ਸਮਝਦਾ ਹੈ ਬਾਕੀ ਕਪਤਾ ਨੂੰ ਉਹ ਕੋਈ ਬਹੁਤਾ ਮਹੱਤਵ ਨਹੀਂ ਦਿੰਦਾ